ਉੱਤੇ ਵੀ ਕਾਫੀ ਕਿਤਾਈ ਹੋਈ ਹੈ, ਕੀ ਕਹਿਣਾ ਚਾਹੁੰਦੇ? ਦੁਨੀਆ ਦੇ ਵਿੱਚ ਸਾਡਾ ਬਹੁਤ ਸਾਰਾ ਸਿੱਖ ਭਾਈਚਾਰਾ ਵੱਸਦਾ ਹੈ ਅਤੇ ਕਈ ਮੁਲਕ ਅਜਿਹੇ ਹੈ ਜਿੱਥੇ ਸਾਡਾ ਸਿੱਖ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿ ਰਿਹਾ ਹੈ ਅਤੇ ਉਹਨਾਂ ਮੁਲਕਾਂ ਦੇ ਵਿੱਚ ਵੀ ਕਰੋਨਾ ਕਾਰਨ ਬਹੁਤ ਵੱਡੀ ਆਫਤ ਜਿਹੜੀ ਹੈ ਮਹਾਂਮਾਰੀ ਦੇ ਰੂਪ ਦੇ ਵਿੱਚ ਆਈ ਹੋਈ ਹੈ। ਮੈਂ ਸਮੁੱਚੇ ਵਿਸ਼ਵ ਦੇ ਵਿੱਚ ਵੱਸਦੇ ਸਿੱਖਾਂ ਨੂੰ ਇਹ ਅਪੀਲ ਕਰਨਾ ਕਿ ਹਰ ਸਿੱਖ ਸਿੱਖ ਪਰਿਵਾਰ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਰੱਖੇ, ਗੁਰੂ 'ਤੇ ਭਰੋਸਾ ਰੱਖੇ। ਜਿਹੜਾ ਸਿੱਖ ਅਕਾਲ ਪੁਰਖ ਅਤੇ ਗੁਰੂ 'ਤੇ ਭਰੋਸਾ ਰੱਖਦਾ ਹੈ ਉਹ ਕਦੇ ਇਕੱਲਾ ਨਹੀਂ ਹੁੰਦਾ, ਗੁਰੂ ਅਕਾਲ ਪੁਰਖ ਉਹਦੇ ਅੰਗ ਸੰਗ ਹੁੰਦਾ ਅਤੇ ਸਮੁੱਚੇ ਵਿਸ਼ਵ ਦੇ ਵਿੱਚ ਵੱਸਦਾ ਸਿੱਖ ਭਾਈਚਾਰਾ ਨਾਨਕ ਨਾਮ ਲੇਵਾ ਸਿੱਖ ਸਾਰੇ ਵਿਸ਼ਵ ਦੇ ਸਿੱਖਾਂ ਦੇ ਨਾਲ ਹਮਦਰਦੀ ਰੱਖਦੇ ਨੇ। ਅਤੇ ਮੈਂ ਸਾਰੇ ਵਿਸ਼ਵ ਦੇ ਵਿੱਚ ਖਾਸ ਤੌਰ 'ਤੇ ਇਟਲੀ, ਅਮੈਰੀਕਾ, ਸਪੇਨ, ਜਰਮਨ ਜਿੱਥੇ ਇਸ ਬਿਮਾਰੀ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ, ਮੈਂ ਇਹਨਾਂ ਸਿੱਖ ਭਾਈਚਾਰਿਆਂ ਨੂੰ ਇਹ ਅਪੀਲ ਕਰਦਾ ਕਿ ਵਾਹਿਗੁਰੂ 'ਤੇ ਭਰੋਸਾ ਰੱਖ ਕੇ ਗੁਰਬਾਣੀ ਦਾ ਜਾਪ ਜਪਣ। ਅਸੀਂ ਸਾਰੇ ਤੁਹਾਡੇ ਨਾਲ ਹੈ, ਸਾਰੇ ਇੱਕਮੁੱਠ ਹੈ, ਸਾਰੇ ਇੱਕਜੁੱਟ ਹੈ ਔਰ ਸਾਰੇ ਤੁਹਾਡੇ ਲਈ ਅਸੀਂ ਅਰਦਾਸਾਂ ਕਰਦੇ ਹਾਂ ਸੱਚੇ ਪਾਤਸ਼ਾਹ ਬਿਮਾਰੀ ਤੋਂ ਨਜ਼ਾਤ ਜਿਹੜੀ ਹੈ ਸਮੁੱਚੇ ਵਿਸ਼ਵ ਨੂੰ ਦਵਾਵੇ। ਅਤੇ ਭਾਰਤ ਦੇ ਵਿੱਚ ਜਿਹੜੇ ਪ੍ਰਵਾਸੀ ਆਏ ਹੋਏ ਹੈ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇੱਕ ਤਾਂ ਜਿਹੜੀਆਂ ਇੱਥੋਂ ਦੀ ਸਰਕਾਰ ਦੀਆਂ ਹਦਾਇਤਾਂ ਨੇ ਉਹਦਾ ਪਾਲਣ ਕਰਨ, ਦੂਸਰਾ ਲੋਕ ਸਿਹਤ ਕਰਮਚਾਰੀ ਅਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਜਿਹੜਾ ਉਹ ਅਖਤਿਆਰ ਕਰੇ। ਇਸ ਤਰ੍ਹਾਂ ਦੇ ਸ਼ਬਦ ਜਿਹੜੇ ਹੈ ਉਹ ਬਿਲਕੁਲ ਨਾ ਵਰਤੇ ਜਾਣ ਜਿਹਦੇ ਨਾਲ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਪ੍ਰਵਾਸੀਆਂ ਦੇ ਮਾਣ ਸਨਮਾਨ ਨੂੰ ਜਿਹੜੀ ਹੈ ਉਹ ਢਾਰ ਲੱਗੇ, ਠੇਸ ਲੱਗੇ। ਠੀਕ ਹੈ ਇਹ ਬਿਮਾਰੀ ਜਿਹੜੀ ਹੈ ਇਸ ਵਕਤ ਵਿਸ਼ਵ ਮਹਾਂਮਾਰੀ ਦੇ ਰੂਪ ਦੇ ਵਿੱਚ ਫੈਲੀ ਹੈ, ਪਰ ਸਾਡੇ ਪ੍ਰਵਾਸੀਆਂ ਦਾ ਮਾਣ ਸਨਮਾਨ ਕਾਇਮ ਰੱਖਣਾ ਇਹ ਵੀ ਸਾਡਾ ਫਰਜ਼ ਹੈ। ਕੋਈ ਐਸੇ ਮੈਸੇਜ ਜਿਹੜੇ ਹੈ ਬਿਲਕੁਲ ਮਜ਼ਾਕ ਦੇ ਵਿੱਚ ਨਾ ਬਣਾਏ ਜਾਣ ਜਿਨ੍ਹਾਂ ਵਿੱਚ ਸਾਡੇ ਪ੍ਰਵਾਸੀਆਂ ਦੀ ਖਿੱਲੀ ਉਡਾਈ ਗਈ ਹੈ। ਮੈਂ ਸਖਤ ਸ਼ਬਦਾਂ ਵਿੱਚ ਇਹਦੀ ਆਲੋਚਨਾ ਕਰਦਾ ਜੇ ਕੋਈ ਇਸ ਤਰ੍ਹਾਂ ਦੇ ਜਿਹੜੇ ਹੈ ਕੋਈ ਮੈਸੇਜ ਦੇ ਰਿਹਾ ਜਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾ ਰਿਹਾ ਜਿਹਦੇ ਵਿੱਚ ਪ੍ਰਵਾਸੀਆਂ ਦਾ ਮਜ਼ਾਕ ਉਡਾਇਆ ਜਾ ਰਿਹਾ, ਇਹ ਬਹੁਤ ਗਲਤ ਗੱਲ ਹੈ, ਇਹਦੀ ਮੈਂ ਆਲੋਚਨਾ ਕਰਦਾ।